ਅਸੀਂ ਜਦੋਂ ਸਰਦਾਰ ਸਾਹਿਬ ਨੇ ਕਿਹਾ ਵੀ ਲੜਾਈ ਲੜਦੇ ਹਾਂ ਮੈਪਿੰਗ ਕਰਦੇ ਹਾਂ, ਲੋਕਾਂ ਨੇ ਮੈਨੂੰ ਦੱਸਿਆ ਦੜਾ ਸੱਟਾ ਬਾਰੇ ਆਪਾਂ ਦੜਾ ਸੱਟਾ ਵੀ ਬੰਦ ਕਰਨਾ ਤਾਂ ਜੋ ਲੋਕ ਉੱਥੇ ਪੈਸੇ ਨਾ ਹਾਰਨ, ਫੁੜ ਮੁੜ ਕੇ ਇਸ ਗਲਗਤ ਵਿੱਚ ਨਾ ਫਸਣ। ਕੋਈ ਪਲੇਵਿਨ ਦੀ ਲੋਟਰੀ ਚੱਲਦੀ ਹੈ, ਕੋਈ ਨੰਬਰ ਦਿੰਦੇ ਆ ਸ਼ਾਮ ਨੂੰ ਸੱਤ, ਜਿਹੜਾ ਭੈਣ ਭਰਾ ਇੱਥੇ ਕੰਮ ਕਰਦਾ ਹੈ। ਸ਼੍ਰੀਮਾਨ ਜੀ ਅੱਜ ਮੈਂ ਕਹਿ ਕੇ ਚੱਲਿਆ ਬੰਦ ਕਰ ਦਿਓ, ਮੇਰੇ ਕੋਲ ਨਜਾਇਜ਼ ਜਾਇਜ਼ ਤਰੀਕੇ ਸਾਰੇ ਹੈਗੇ ਆ ਬੰਦੇ ਨੂੰ ਬੰਦ ਕਰਵਾਉਣ ਦੇ। ਮੈਂ ਜੇ ਉੱਤਰ ਗਿਆ ਤਾਂ ਬੜਾ ਰਾਸ਼ਸੀ ਰੂਪ ਵੀ ਅਖਤਿਆਰ ਕਰ ਸਕਦਾ। ਪਬਲਿਕ ਦੀ ਭਲਾਈ ਲਈ ਮੈਨੂੰ ਕੁਛ ਵੀ ਕਰਨਾ ਪਿਆ, ਮੈਂ ਇਸ ਗੱਲ ਤੋਂ ਪਿੱਛੇ ਕਦਮ ਨਹੀਂ ਹਟਾਉਂਦਾ। ਭਾਵੇਂ ਮੈਨੂੰ ਉਹਨੂੰ ਕੁੱਟਣਾ ਪਵੇ, ਮਾਰਨਾ ਪਵੇ, ਕਰਨਾ ਹੀ ਪਵੇ। ਮਾਰਨਾ ਮਤਲਬ ਜਾਨੋ ਨਹੀਂ, ਮਤਲਬ ਕਰੂੰਗਾ ਉਹਦਾ ਮਤਲਬ ਚੰਗਾ ਛਿੱਤਰ ਪੇਟ ਤਾਂ ਕਰ ਹੀ ਸਕਦੇ ਹਾਂ। ਬੰਦ ਕਰ ਦਿਉਂਗੇ ਚੰਗਾ ਹੈ। ਤੁਸੀਂ ਆਪਦੇ ਇੱਕ, ਮੈਂ ਤਾਂ ਕਹਿਣਾ ਆਪਾਂ ਜਿਹੜਾ ਕਹਿੰਦੇ ਹੁੰਦੇ ਹਾਂ ਠਿਕਰੀ ਪੈਰਾ, ਠਿਕਰੀ ਪੈਰਾ ਰਾਤ ਦਾ ਪੈਰਾ ਨਹੀਂ ਹੁੰਦਾ, ਠਿਕਰ ਪੈਰਾ ਹੁੰਦਾ ਪੈਰਾ, ਸੱਚ ਦਾ ਪੈਰਾ, ਇਨਫੋਰਮੇਸ਼ਨ ਦਾ ਪੈਰਾ ਕਿ ਅਸੀਂ ਤੁਹਾਨੂੰ ਦੱਸਾਂਗੇ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।